ਰੀਡਿੰਗ ਸਟੂਡੈਂਟ ਅੱਜ ਜਿਸੀ ਕਰਦੇ ਆ ਪੰਜਾਬ ਹਿਸਟਰੀ ਪੰਜਾਬ ਦੇ ਬਾਰੇ ਥੋੜਾ ਜਿਹਾ ਜੀਓਗ੍ਰਾਫੀਕਲ ਨੌਲੇਜ ਹੋਣੀ ਚਾਹੀਦੀ ਹੈ ਕਿਉਂਕਿ ਪੇਪਰ ਆਮ ਤੌਰ ਤੇ ਇਹਨਾਂ ਇਹਨਾਂ ਕੁਐਸਚਨਾਂ ਚੋਂ ਹੀ ਆਉਂਦੇ ਆ ਤੇ ਪਹਿਲਾ ਕੁਐਸਚਨ ਹੈ ਪੰਜਾਬ ਸ਼ਬਦ ਤੋਂ ਕੀ ਪਾਵੈ ਉੱਤਰ ਹੈ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਨਾਮ ਪੰਜਾਬ ਕਿਉਂ ਪਿਆ ਉੱਤਰ ਹੈ ਕਿਉਂਕਿ ਇੱਥੇ ਪੰਜ ਦਰਿਆ ਵਹਿੰਦੇ ਸਨ ਅਗਲਾ ਹੈ ਪੰਜਾਬ ਦੇ ਪੰਜ ਦਰਿਆ ਕਿਹੜੇ-ਕਿਹੜੇ ਹਨ ਉਤਰ ਹੈ ਸਤਲੁਜ ਬਿਆਸ ਰਾਵੀ ਚਨਾਬ ਅਤੇ ਜੇਹਲਮ ਹਾਂਜੀ ਤੁਹਾਨੂੰ ਪਤਾ ਹੀ ਹੈ ਕਿ ਸਤਲੁਜ ਬਿਆਸ ਤੇ ਰਾਵੀ ਜਿਹੜੇ ਹੈਗੇ ਆ ਮਤਲਬ ਰਾਵੀ ਤਾਂ ਥੋੜਾ ਜਿਹਾ ਪਾਰ ਪੰਜਾਬ 'ਚ ਵਹਿੰਦਾ ਤੇ ਸਤਲੁਜ ਬਿਆਸ ਤੇ ਰਾਵੀ ਤਿੰਨ ਦਰਿਆ ਜਿਹੜੇ ਹੁਣ ਪੰਜਾਬ ਦੇ ਵਿੱਚ ਵਹਿੰਦੇ ਪਹਿਲਾਂ ਹੈ ਚਨਾਬ ਤੇ ਜੇਹਲਮ ਵੀ ਵਹਿੰਦਾ ਸੀ ਜੋ ਹੁਣ ਪਾਕਿਸਤਾਨ 'ਚ ਵਹਿੰਦੇ ਦੋਨੋਂ ਚਨਾਬ ਔਰ ਜੇਹਲਮ ਤੇ ਸਤਲੁਜ ਬਿਆਸ ਰਾਵੀ ਜਿਹੜਾ ਹੈ ਪੰਜਾਬ 'ਚ ਹੀ ਵਹਿੰਦੇ ਨੇ ਹਾਂਜੀ ਤਾਂ ਪੰਜਾਬ ਦੇ ਪੰਜ ਦਰਿਆ ਕਿਹੜੇ-ਕਿਹੜੇ ਹਨ ਸਤਲੁਜ ਬਿਆਸ ਰਾਵੀ ਚਨਾਬ ਤੇ ਜਹਲਮ ਅਗਿਆ ਰਿਗਵੇਦ ਕਾਲ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਬੁਕਾਰਿਆ ਜਾਂਦਾ ਸੀ ਜਾਂ ਕੁਐਸਚਨ ਆ ਸਕਦਾ ਰਿਗਵੇਦ ਕਾਲ ਵਿੱਚ ਪੰਜਾਬ ਦਾ ਕੀ ਨਾਮ ਸੀ ਤਾਂ ਉੱਤਰ ਹੈ ਸਤਤ ਸਿੰਧੂ ਹਾਂਜੀ ਅਗਲਾ ਕੁਐਸਚਨ ਸਤਤ ਸਿੰਧੂ ਤੋਂ ਕੀ ਭਾਵ ਹੈ ਉੱਤਰ ਹੈ ਸੱਤ ਦਰਿਆ ਅਗਲਾ ਕੁਐਸਚਨ ਜੁਨਾਨੀਆਂ ਨੇ ਪੰਜਾਬ ਨੂੰ ਕੀ ਨਾਮ ਦਿੱਤਾ ਉੱਤਰ ਹੈ ਪੈਂਟਾ ਪੋਟਾਮੀਆ ਅਗਲਾ ਕੁਐਸਚਨ ਪੈਂਟਾ ਪੋਟਾਮੀਆ ਤੋਂ ਕੀ ਭਾਵ ਹੈ ਉੱਤਰ ਪੰਜ ਦਰਿਆ ਅਗਲਾ ਮਹਾਕਾਵਤ ਪੁਰਾਣਾ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਹੈ ਉੱਤਰ ਹੈ ਪੰਜ ਨਦ ਅਗਲਾ ਕੁਐਸਚਨ ਪੰਜ ਪੰਚਨਦ ਤੋਂ ਕੀ ਭਾਵ ਹੈ ਉੱਤਰ ਹੈ ਪੰਜ ਦਰਿਆ ਅਗਲਾ ਕੁਐਸਚਨ ਹੈ ਪੰਜਾਬ ਨੂੰ ਟੱਕ ਦੇਸ਼ ਕਿਉਂ ਕਿਹਾ ਜਾਂਦਾ ਹੈ ਹਾਂਜੀ ਕਿਉਂਕਿ ਇੱਥੇ ਲੰਬੇ ਸਮੇਂ ਤੱਕ ਟੱਕ ਕਬੀਲੇ ਦਾ ਸ਼ਾਸਨ ਰਿਹਾ ਸੀ ਇਸ ਕਰਕੇ ਪੰਜਾਬ ਨੂੰ ਟੱਕ ਦੇਸ਼ ਵੀ ਕਿਹਾ ਜਾਂਦਾ ਹੈ। ਅਗਲਾ ਕੁਐਸਚਨ ਹੈ ਮੱਧ ਕਾਲ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ? ਉੱਤਰ ਹੈ ਮੱਧ ਕਾਲ ਵਿੱਚ ਪੰਜਾਬ ਨੂੰ ਲਾਹੌਰ ਸੂਬਾ ਕਿਹਾ ਜਾਂਦਾ ਸੀ। ਹਾਂਜੀ ਅਕਬਰ ਦੇ ਟਾਈਮ ਤੇ ਵੀ ਲਾਹੌਰ ਸੂਬਾ ਕਿਹਾ ਜਾਂਦਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਵੀ ਇਸ ਨੂੰ ਲਾਹੌਰ ਸੂਬਾ ਹੀ ਕਿਹਾ ਜਾਂਦਾ ਸੀ। ਲਾਹੌਰ ਰਾਜ ਕਿਹਾ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਕੀ ਨਾਮ ਦਿੱਤਾ ਗਿਆ? ਦਰਹਿਲਾਹੌਰ ਰਾਜ ਲਾਹੌਰ ਰਾਜ ਨੂੰ ਅੰਗਰੇਜ਼ੀ ਸਮਰਾਜ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ ਉੱਤਰ ਹੈ 29 ਮਾਰਚ 1849 ਵਿੱਚ ਅਗਲਾ ਕੁਐਸਚਨ ਪੰਜਾਬ ਦੇ ਅੰਗਰੇਜ਼ਾਂ ਦਾ ਕਬਜ਼ਾ ਸਭ ਤੋਂ ਬਾਅਦ ਵਿੱਚ ਕਿਉਂ ਹੋਇਆ ਉੱਤਰ ਭੂਗੋਲਿਕ ਸਥਿਤੀ ਦੇ ਕਾਰਨ ਅਗਲਾ ਹੈ 1947 ਵਿੱਚ ਪੰਜਾਬ ਦਾ ਕਿਹੜਾ ਭਾਗ ਪਾਕਿਸਤਾਨ ਨੂੰ ਦਿੱਤਾ ਗਿਆ ਉੱਤਰ ਹੈ ਪੱਛਮੀ ਭਾਗ ਤੇ ਪੂਰਬੀ ਭਾਗ ਜਿਹੜਾ ਹੈਗਾ ਉਹ ਇੰਡੀਆ ਨੂੰ ਮਿਲਿਆ ਅਗਲਾ ਕੁਐਸਚਨ ਹੈ ਪੰਜਾਬ ਦੇ ਭੂਗੋਲਿਕ ਖੰਡਾਂ ਦੇ ਨਾਂ ਦੱਸੋ ਉੱਤਰ ਹੈ ਪੰਜਾਬ ਹਿਮਾਲਿਆ ਅਤੇ ਸੁਲੇਮਾਨ ਪर्वतश्रृंखला ਉਪਪਰવતી ਖੰਡ ਅਤੇ ਮੈਦਾਨੀ ਖੇਤਰ ਅਗਲਾ ਕੁਐਸਚਨ ਹੈ ਪੰਜਾਬ ਨੂੰ ਕਿਸ ਦੀ ਖੜਗ ਪੂਜਾ ਕਿਹਾ ਜਾਂਦਾ ਹੈ ਉੱਤਰ ਹੈ ਭਾਰਤ ਦੀ ਅਗਲਾ ਕੁਐਸਚਨ ਪੰਜਾਬ ਨੂੰ ਭਾਰਤ ਦੀ ਤਲਵਾਰ ਜਾਂ ਖੜਗ ਪੂਜਾ ਕਿਉਂ ਕਿਹਾ ਜਾਂਦਾ ਹੈ ਉੱਤਰ ਹੈ ਇੱਥੋਂ ਦੇ ਲੋਕਾਂ ਨੇ ਭਾਰਤ ਦੀ ਸੁਰੱਖਿਆ ਲਈ ਮੁੱਖ ਭੂਮਿਕਾ ਨਿਭਾਈ ਅਗਲਾ ਕੁਐਸਚਨ ਭਾਰਤ ਦਾ ਪ੍ਰਵੇਸ਼ ਦੁਆਰ ਕਿਸ ਨੂੰ ਕਿਹਾ ਜਾਂਦਾ ਹੈ ਉੱਤਰ ਹੈ ਪੰਜਾਬ ਨੂੰ ਅਗਲਾ ਕੁਐਸਚਨ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ ਉੱਤਰ ਹੈ ਕਿਉਂਕਿ ਵਿਦੇਸ਼ੀ ਹਮਲਾਵਰਾਂ ਨੂੰ ਭਾਰਤ ਪਹੁੰਚਣ ਲਈ ਸਭ ਤੋਂ ਪਹਿਲਾਂ ਪੰਜਾਬ ਵਿੱਚੋਂ ਲੰਘਣਾ ਪੈਂਦਾ ਸੀ ਹਾਂਜੀ ਅਗਲਾ ਕੁਐਸਚਨ ਪੰਜਾਬੀ ਚ ਆਉਣ ਵਾਲੇ ਵਿਦੇਸ਼ੀ हमलावर किस दिशा तो पंजाब प्रवेश करते रहे उत्तर है उत्तर पश्चिमी दिशा तो अगला क्वेश्चन भारत की उत्तर पश्चिमी सीमा से स्थित दरिया सब तो ज्यादा विदेशी हमले किस दरे राही खेबर अगला पंजाब उत्तर पश्चिम पच्चिम स्थित सब तो प्रसिद्ध दर का ना दसो उत्तर है खेबर अगला क्वेश्चन हिमालय पर्वत की सब तो उच्ची चोटी केड़ी है उत्तर माउंट एवरेस्ट अगला क्वेश्चन हिमालय पर्वत ंज ना एक मुख लाभ होत इसने उत्तरी दिशा वालों विदेशी हमलावर तो पंजाब की रक्षा की अगला क्वेश्चन पंजाब किसी एक सुंदर पर्वती नगर का ना दसो जो हिमालय की देन है उत्तरा शिमला अगला क्वेश्चन तराई ज उप पर्वती प्रदेश कितने स्थित हैं उत्तर हिमालय पहाड़ के उच्च प्रदेशों पंजाब के मैदानी प्रदशा बचाले ਅਗਲਾ ਕੁਐਸਚਨ ਦੁਆਬ ਸ਼ਬਦ ਤੋਂ ਕੀ ਭਾਵ ਹੈ ਉੱਤਰ ਹੈ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਉਸ ਨੂੰ ਦੁਆਬ ਕਿਹਾ ਜਾਂਦਾ ਹੈ ਪੰਜਾਬ ਨੂੰ ਕੁੱਲ ਕਿੰਨੇ ਦੁਆਬਾਂ ਵਿੱਚ ਵੰਡਿਆ ਗਿਆ ਉੱਤਰ ਹੈ 5 ਪੰਜ ਦੁਆਬਾਂ ਵਿੱਚ ਹਾਂਜੀ ਕਿਹੜਾ ਕਿਹੜਾ ਪੰਜ ਦਾਬ ਕਿਹੜੇ ਕਿਹੜੇ ਮੁਗਲ ਬਾਦਸ਼ਾਹ ਦੇ ਸਮੇਂ ਬਣਾਏ ਗਏ ਸਨ ਉੱਤਰ ਹੈ ਅਕਬਰ ਦੇ ਸਮੇਂ ਪੰਜਾਬ ਦੇ ਪੰਜ ਦੁਆਬ ਦੁਆਬਿਆਂ ਦੇ ਨਾਂ ਲਿਖੋ ਜਾਂ ਪੰਜਾਬ ਜਾਂ ਕੁਐਸਚਨ ਆ ਸਕਦਾ ਪੰਜਾਬ ਦੇ ਕਿਸੇ ਦੋ ਦੁਆਬਿਆਂ ਦੇ ਨਾਂ ਦੱਸੋ ठीक है इन्हना कोई भी क्वेश्चन आ सकता है स पंजाब के पाँच दुआब बिस्त जलंधर दुआब बिस्त मतलब ब्यास और सतलुज के इलाका कहें बिस्तर जलंधर दुआब अगला है बारी दुआब मतलब ब्यास और रावी के विकारला इलाका रचना दुलाव दुआब मतलब रावी तो चनाव देला दुआ विचला इलाका झाज दबाब मतलब चिनाव के जेलमला इलाका सिंध सागर दुआब जलंधर किस दुआब स्थित है उत्तर बिस्त जलंधर दुआब होशियारपुर के स्थित है उत्तर बिस्त जलंधर दुआब बारी दुआब तो की भाव है उत्तर रावी व्यास दरियाव प्रदेश बारी दुआब किसी एक प्रसिद्ध शहर का न दसो उतर है लाहौर अगला क्वेश्चन लाहौर किस दुआब स्थित है उत्तर बारी दुआब ਅਗਲਾ ਕੁਐਸਚਨ ਬਾਰੀ ਦੁਆਬ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਉੱਤਰ ਹੈ ਮਾਝਾ ਅਗਲਾ ਕੁਐਸਚਨ ਹੈ ਦੁਆਬ ਬਾਰੀ ਨੂੰ ਮਾਝਾ ਕਿਉਂ ਕਿਹਾ ਜਾਂਦਾ ਹੈ ਉੱਤਰ ਹੈ ਪੰਜਾਬ ਦੇ ਮੱਧ ਵਿੱਚ ਸਥਿਤ ਹੋਣ ਦੇ ਕਾਰਨ ਅਗਲਾ ਕੁਐਸਚਨ ਹੈ ਅੰਮ੍ਰਿਤਸਰ ਕਿਸ ਦੁਆਬ ਵਿੱਚ ਸਥਿਤ ਹੈ ਉੱਤਰ ਹੈ ਬਾਰੀ ਦੁਆਬ ਵਿੱਚ ਅਗਲਾ ਕੁਐਸਚਨ ਮਾਲਵਾ ਦੇ ਲੋਕਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਉੱਤਰ ਹੈ ਮਲਵਈ ਮਾਲਵਾ ਪ੍ਰਦੇਸ਼ ਕਿੱਥੇ ਸਥਿਤ ਹੈ ਉੱਤਰ ਹੈ ਸਤਲੁਜ ਅਤੇ ਘੱਗਰ ਦਰਿਆਵਾਂ ਵਿਚਾਲੇ ਅਗਲਾ ਕੁਐਸਚਨ ਹੈ ਮਾਲਵਾ ਦਾ ਇਹ ਨਾਂ ਕਿਉਂ ਪਿਆ ਉਤਰ ਹੈ ਮੱਲਵ ਨਾਂ ਦੀ ਬਹਾਦਰ ਜਾਤੀ ਦੇ ਨਿਵਾਸ ਕਰਨ ਅਗਲਾ ਕੁਐਸਚਨ ਮਾਲਵਾ ਪ੍ਰਦੇਸ਼ ਦੇ ਕਿਸੇ ਇੱਕ ਮੁੱਖ ਨਗਰ ਦਾ ਨਾਂ ਦੱਸੋ ਉਤਰ ਹੈ ਪਟਿਆਲਾ ਰਚਨਾ ਦੁਆਬ ਤੋਂ ਕੀ ਭਾਵ ਹੈ ਉਤਰ ਹੈ ਰਾਵੀ ਅਤੇ ਚਨਾਬ ਦਰਿਆਵਾਂ ਵਿਚਕਾਰਲਾ ਪ੍ਰਦੇਸ਼ ਜਿਹੜਾ ਮੈਂ ਉਪਦਾਸੀ ਚੁਕੀਆਂ ਤੁਹਾਨੂੰ ਅਗਲਾ ਕੁਐਸਚਨ ਹੈ ਰਚਨਾ ਦੁਆਬ ਦੇ ਕਿਸੇ ਇੱਕ ਪ੍ਰਸਿੱਧ ਨਗਰ ਦਾ ਨਾਂ ਦੱਸੋ ਉਤਰ ਹੈ ਗੁਜਰਾਵਾਲਾ ਹਾਂਜੀ ਉਹ ਪਾਕਿਸਤਾਨ 'ਚ ਹੈ ਅਗਲਾ ਕੁਐਸਚਨ ਚੱਜ ਦੁਆਬ ਤੋਂ ਕੀ ਭਾਵ ਹੈ ਚਨਾਬ ਅਤੇ ਜੇਹਲਮ ਦਰਿਆਵਾਂ ਦੇ ਵਿਚਕਾਰਲਾ ਪ੍ਰਦੇਸ਼ ਇਹ ਵੀ ਤੁਹਾਨੂੰ ਮੈਂ ਦੱਸ ਚੁੱਕੀ ਹਾਂ ਅਗਲਾ ਕੁਐਸਚਨ ਹੈ ਸਿੰਧ ਸਾਗਰ ਦੁਆਬ ਕਿੱਥੇ ਸਥਿਤ ਹੈ ਉਤਰ ਸਿੰਧ ਅਤੇ ਜੇਹਲਮ ਦਰਿਆਵਾਂ ਦੇ ਵਿਚਾਲੇ ਅਗਲਾ ਕੁਐਸਚਨ ਸਿੰਧ ਸਾਗਰ ਦੁਆਬ ਦਾ ਸਭ ਤੋਂ ਮਹੱਤਵਪੂਰਨ ਨਗਰ ਕਿਹੜਾ ਹੈ ਉਤਰਾ ਰਾਵਲਪਿੰਡੀ ਅਗਲਾ ਕੁਐਸਚਨ ਬਾਂਗਰ ਪ੍ਰਦੇਸ਼ ਕਿੱਥੇ ਸਥਿਤ ਹੈ ਉਤਰ ਕੱਗਰ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਅਗਲਾ ਕੁਐਸਚਨ ਪੰਜਾਬ ਦੀਆਂ ਦੋ ਪ੍ਰਸਿੱਧ ਫਸਲਾਂ ਦੇ ਨਾਂ ਦੱਸੋ ਉਤਰਾ ਗਣਕਤੇ ਗੰਨਾ ਅਗਲਾ ਕੁਐਸਚਨ ਤਰਾਇਨ ਦੀ ਪਹਿਲੀ ਲੜਾਈ ਕਦੋਂ ਹੋਈ ਉਤਰ ਹੈ 1191 ਈਸਵੀ ਵਿੱਚ ਤਰਾਇਨ ਦੀ ਦੂਜੀ ਲੜਾਈ ਕਦੋਂ ਹੋਈ ਉਤਰ ਹੈ 1192 ਈਸਵੀ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਉਤਰ ਹੈ 1526 ਈਸਵੀ ਵਿੱਚ ਪਾਣੀਪਤ ਦੀ ਦੂਜੀ ਲੜਾਈ ਕਦੋਂ ਹੋਈ ਉਤਰ ਹੈ 1556 ਈਸਵੀ ਵਿੱਚ ਅਗਲਾ ਹੈ ਹਿਮਾਲਿਆ ਦਾ ਪੰਜਾਬ ਦੇ ਇਤਿਹਾਸ ਉੱਤੇ ਪਾਇਆ ਕੋਈ ਇੱਕ ਮਹੱਤਵਪੂਰਨ ਪ੍ਰਭਾਵ ਦੱਸੋ ਉਤਰ ਹੈ ਇਸਨੇ ਪੰਜਾਬ ਦੀ ਖੁਸ਼ਹਾਲੀ ਵਿੱਚ ਵਾਅਦਾ ਕੀਤਾ। ਅਗਲਾ ਕੁਐਸਚਨ ਪੰਜਾਬ ਦੀ ਭੂਮੀ ਕਿਹੋ ਜਿਹੀ ਹੈ? ਉੱਤਰ ਹੈ ਬਹੁਤ ਉਪਜਾਊ। ਅਗਲਾ ਕੁਐਸਚਨ ਪੰਜਾਬ ਦੇ ਦਰਿਆਵਾਂ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ? ਉੱਤਰ ਹੈ ਇਹਨਾਂ ਨੇ ਦੇਸ਼ ਦੀ ਸੁਰੱਖਿਆ ਦਾ ਕੰਮ ਕੀਤਾ। ਅਗਲਾ ਕੁਐਸਚਨ ਪੰਜਾਬ ਦੇ ਪਹਾੜਾਂ ਤੇ ਜੰਗਲਾਂ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ? ਉੱਤਰ ਹੈ ਇਹਨਾਂ ਨੇ ਸਿੱਖਾਂ ਦੀ ਸ਼ਕਤੀ ਦੇ ਉਥਾਨ ਵਿੱਚ ਬਹੁਤ ਬਹੁਮੁੱਲਾ ਯੋਗਦਾਨ ਦਿੱਤਾ। ਅਗਲਾ ਕੁਐਸਚਨ ਪੰਜਾਬ ਦੇ ਮੈਦਾਨੀ ਭਾਗਾਂ ਨੇ ਪੰਜਾਬ ਦੇ ਇਤਿਹਾਸ ਤੇ ਕੀ ਪ੍ਰਭਾਵ ਪਾਇਆ ਉੱਤਰ ਹੈ ਪੰਜਾਬ ਦੀ ਆਰਥਿਕ ਖੁਸ਼ਹਾਲੀ ਅਨੇਕਾਂ ਵਿਦੇਸ਼ੀ ਹਮਲਾਵਰਾਂ ਦੀ ਪ੍ਰੇਰਣਾ ਸਰੋਤ ਬਣੀ ਅਗਲਾ ਕੁਐਸਚਨ ਪੰਜਾਬ ਦੇ ਆਰਥਿਕ ਦ੍ਰਿਸ਼ਟੀਕੋਣ ਤੋਂ ਖੁਸ਼ਹਾਲ ਹੋਣ ਦਾ ਕੋਈ ਇੱਕ ਕਾਰਨ ਲਿਖੋ ਉੱਤਰ ਹੈ ਪੰਜਾਬ ਦਾ ਵਿਦੇਸ਼ਾਂ ਨਾਲ ਵਪਾਰ ਕਾਫੀ ਵਿਕਸਿਤ ਰਿਹਾ ਹੈ